ਸਸਿਕਾਲ ਦੋਸਤੋ ਮੈਂ ਹਾਂ ਜਤਿੰਦਰ ਸਿੰਘ ਰਾਠੌਰ ਤੇ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਜਿਵੇਂ ਕਿ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਚੋਣਾਂ ਵਿੱਚ ਪਿੰਡਾਂ ਵਿੱਚ ਇਕੱਠ ਕੀਤੇ ਜਾ ਰਹੇ ਹਨ ਸਾਰੀਆਂ ਪਾਰਟੀਆਂ ਵੱਲੋਂ ਪਿੰਡਾਂ ਦੇ ਇਕੱਠ ਕੀਤੇ ਜਾ ਰਹੇ ਹਨ ਅੱਜ ਵੀ ਅਸੀਂ ਪਿੰਡ ਜਖਵਾਲੀ ਵਿਖੇ ਪੁੱਜੇ ਹਾਂ ਜਿੱਥੇ ਕਿ ਇੱਕ ਇਕੱਠ ਕੀਤਾ ਗਿਆ ਹੈ ਪਹਿਲ ਸਭ ਤੋਂ ਪਹਿਲਾਂ ਇੱਥੇ ਨੌਜਵਾਨ ਖੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਜਿਹੜਾ ਇਕੱਠ ਹੈ ਕਿਹੜੀ ਪਾਰਟੀ ਵੱਲੋਂ ਕੀਤਾ ਗਿਆ ਹੈ ਤੇ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਨੌਜਵਾਨ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਨੀਤ ਬਾਵਾ ਜੀ ਭਾਜਪਾ ਦਾ ਦੀਦਾਰ ਸਿੰਘ ਪੱਟੀ ਦੇ ਅਗਵਾਈ ਦੇ ਵਿੱਚ ਭਾਜੀ ਨਾਲੇ ਤਾਂ ਪਿੰਡਾਂ ਵਾਲੇ ਕਹਿੰਦੇ ਸੀ ਅਸੀਂ ਭਾਜਪਾ ਨੂੰ ਪਿੰਡਾਂ 'ਚ ਵੜਨ ਨਹੀਂ ਦੇਣਾ ਭਾਜਪਾ ਨੇ ਖੇਤੀ ਕਾਨੂੰਨ ਲਿਆਂਦੇ ਸੀ ਭਾਜਪਾ ਨੇ ਪਿੰਡਾਂ ਦਾ ਨੁਕਸਾਨ ਲੋਕਾਂ ਦਾ ਨੁਕਸਾਨ ਕੀਤਾ ਪਰ ਅੱਜ ਤੁਸੀਂ ਪਿੰਡਾਂ ਦੇ ਲੋਕ ਫਿਰ ਇਕੱਠਾ 'ਚ ਖੜੇ ਹੋ ਕੀ ਕਹਿਣਾ ਤੁਹਾਡਾ ਦੇਖੋ ਜੀ ਭਾਜਪਾ ਦੇ ਨਾਲ ਅਸੀਂ ਦੀਦਾਰ ਸਿੰਘ ਪੱਟੀ ਦੇ ਨਾਲ ਆ ਇਹਨਾਂ ਦੀ ਸੋਚ ਵਧੀਆ ਹੈ ਹਲਕੇ ਦੇ ਵਿੱਚ ਬਹੁਤ ਵਧੀਆ ਵਿਚਰਦੇ ਨੇ ਦੁੱਖ ਦੇ ਸੁੱਖ ਦੇ ਸਭ ਨਾਲ ਆਉਂਦੇ ਨੇ ਕੋਈ ਭਾਜਪਾ ਦਾ ਵਿਰੋਧ ਨਹੀਂ ਤੁਹਾਡੇ ਸਾਹਮਣੇ ਦੇਖੋ ਇੱਥੇ ਬਹੁਤ ਭਾਰੀ ਇਕੱਠ ਹੈ ਸਾਰੇ ਪਿੰਡਾਂ ਦੇ ਲੋਕ ਆ ਜੀ ਨਵੇਂ ਨਵੇਂ ਪਿੰਡਾਂ ਦੇ ਲੋਕ ਆਏ ਹੋਏ ਆ ਅਸੀਂ ਦੀਦਾਰ ਸਿੰਘ ਜੀ ਪੱਟੀ ਸਾਹਿਬ ਦੀ ਸੋਚ ਦੇ ਨਾਲ ਇੱਥੇ ਜੁੜੇ ਹੋਏ ਆ ਤੇ ਅਸੀਂ ਇਹਨਾਂ ਦੇ ਨਾਲ ਆ ਪੂਰੇ ਜੋਸ਼ ਅਸੀਂ ਇੱਥੋਂ ਦੀਦਾਰ ਸਿੰਘ ਪੱਟੀ ਨੂੰ ਜਿਤਾ ਕੇ ਭੇਜਾਂਗੇ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਭਾਜੀ ਅੱਜ ਤੁਹਾਨੂੰ ਪਤਾ ਤੁਸੀਂ ਕਿਹੜੇ ਘੱਟ ਚ ਆਇਓ ਕਿਹਦੇ ਘੱਟ ਚ ਆਇਓ ਅਸੀਂ ਦੀਦਾਰ ਸਿੰਘ ਪੱਟੀ ਦੀ ਰੈਲੀ ਦੇ ਸੰਬੰਧ ਦੇ ਵਿੱਚ ਇਕੱਠੇ ਹੋਏ ਕਿਹੜਾ ਚੋਣ ਨਿਸ਼ਾਨ ਉਹਨਾਂ ਦਾ ਕਮਲ ਦਾ ਫੁੱਲ ਔਰ ਇਹਨਾਂ ਤੁਹਾਨੂੰ ਨਾਲੇ ਤਾਂ ਪਿੰਡਾਂ ਵਾਲੇ ਕਹਿੰਦੇ ਸੀ ਅਸੀਂ ਭਾਜਪਾ ਦਾ ਕਮਲ ਦੇ ਫੁੱਲ ਦਾ ਵਿਰੋਧ ਕਰਨਾ ਹੈ ਤੁਸੀਂ ਅੱਜ ਇਹਨਾਂ ਇਲੈਕਸ਼ਨ ਹੁੰਦਾ ਹੈ ਇਲੈਕਸ਼ਨ ਦੇ ਵਿੱਚ ਜਦੋਂ ਅਸੀਂ ਸੰਯੁਕਤ ਮੋਰਚਾ ਦਾ ਖੁਦ ਇਲੈਕਸ਼ਨ ਦੇ ਵਿੱਚ ਜਦੋਂ ਉਹ ਮੋਰਚੇ ਜਿਹਨੂੰ ਤਾਂ ਕਮਲ ਦੇ ਫੁੱਲ ਦਾ ਮੋਰਚਾ ਇਤਰਾਜ਼ ਨਹੀਂ ਹੋਣਾ ਚਾਹੀਦਾ ਜਦੋਂ ਕਾਨੂੰਨ ਵਾਪਸੀ ਹੋ ਗਏ ਤਾਂ ਸਾਨੂੰ ਇਹਦੇ ਵੱਲ ਨਹੀਂ ਜਾਣਾ ਚਾਹੀਦਾ ਉਹ ਮੁੱਦਾ ਹੁਣ ਪਿੱਛੇ ਰਹਿ ਗਿਆ ਅਸੀਂ ਸਾਸਤ ਦੇ ਵਿੱਚ ਇੱਕ ਇਲੈਕਸ਼ਨ ਮੋਡ 'ਚ ਹੈ ਇਸ ਕਰਕੇ ਅਸੀਂ ਕਮਲ ਦੇ ਫੁੱਲ ਨੂੰ ਸਪੋਰਟ ਕਰ ਰਹੇ ਹਾਂ ਕਿਹੜਾ ਪਿੰਡ ਹੈ ਜੀ ਆਪਣਾ ਜਖਵਾਲੀ ਬੀਬੀ ਅੱਜ ਕਿਹੜੇ ਇਕੱਠ 'ਚ ਬੈਠੇ ਤੁਸੀਂ ਪੱਟੀ ਦੇ ਇਕੱਠ 'ਚ ਜੀ ਕਿਹੜੇ ਚੋਣ ਨਿਸ਼ਾਨ ਤੋਂ ਪੱਟੀ ਸਾਹਿਬ ਲੜ ਰਹੇ ਨੇ ਜੀ ਕਮਲ ਦੇ ਫੁੱਲ ਕਮਲ ਦੇ ਫੁੱਲ ਤੋਂ ਲੜ ਰਹੇ ਨੇ ਤੁਹਾਨੂੰ ਪਤਾ ਕਮਲ ਦਾ ਫੁੱਲ ਭਾਜਪਾ ਦਾ ਭਾਜਪਾ ਦੇ ਖਿਲਾਫ ਸੀ ਪਹਿਲਾਂ ਸਾਰੇ ਪਿੰਡ ਅੱਜ ਤੁਸੀਂ ਫੇਰ ਭਾਜਪਾ ਦੇ ਨਾਲ ਜੁੜੇ ਹੋ ਕੀ ਕਾਰਨ ਹੈ ਜੀ ਅਸੀਂ ਤਾਂ ਜੀ ਪੱਟੀ ਨਾਲ ਆਏ ਸੀ ਪੱਟੀ ਸਾਹਿਬ ਦਾ ਸਹਿਯੋਗ ਕਰ ਹਾਂਜੀ ਨਾਮ ਆਪਣਾ ਜੀ ਬਲਵਿੰਦਰ ਸਿੰਘ ਹੈ ਬਲਵਿੰਦਰ ਸਿੰਘ ਜੀ ਅੱਜ ਤੁਸੀਂ ਕਿਹੜੇ ਇਕੱਠ 'ਚ ਆਇਓ ਪਤਾ ਅਸੀਂ ਆਪਣੇ ਦੀਦਾਰ ਸਿੰਘ ਪੱਟੀ ਦੀ ਕਿਹੜੇ ਚੋਣ ਨਿਸ਼ਾਨ ਤੋਂ ਲੜ ਰਹੇ ਨੇ ਕਮਲ ਦੇ ਫੁੱਲ ਤੋਂ ਤੁਹਾਨੂੰ ਪਤਾ ਜੀ ਕਮਲ ਦੇ ਫੁੱਲ ਦੇ ਖਿਲਾਫ ਭਾਜਪਾ ਦੇ ਖਿਲਾਫ ਸੀ ਲੋਕ ਪਿੰਡਾਂ ਦੇ ਲੋਕ ਅੱਜ ਤੁਸੀਂ ਫਿਰ ਮਤਲਬ ਕਿ ਕਮਲ ਦੇ ਮੈਂ ਵੀ ਲੰਗਰ 'ਚ ਰਹੀ ਸਾਲ ਇੱਕ ਵਿਰੋਧ ਕਰਿਆ ਪੂਰਾ ਸੀ ਨੇ ਹੁਣ ਦੇਖੋ ਉਹਨਾਂ ਨੇ ਵਾਪਸ ਲੈ ਲਿਆ ਸੀ ਖੁਸ਼ ਹਾਂ ਬਹੁਤ ਬਿਲਕੁਲ ਜੀ ਪੂਰਾ ਕਰਾਂਗੇ ਜ਼ੋਰ ਲਾ ਕੇ ਕਿਉਂ ਅਸੀਂ ਤਾਂ ਜੈਬ ਸਿੰਘ ਨੂੰ ਜਾਂ ਸਰਦਾਰ ਜੈਬ ਸਿੰਘ ਨੂੰ ਜਾਂ ਪੱਟੀ ਸਾਹਿਬ ਨੂੰ ਜਾਣਦੇ ਹਾਂ ਇਹ ਜਿਹੜਾ ਮਰਜ਼ੀ ਨਿਸ਼ਾਨ ਲੈ ਕੇ ਆਉਣ ਸਾਡੇ ਪਹਿਲਾਂ MLA ਰਹੇ ਨੇ ਪੱਟੀ ਸਾਹਿਬ ਬਹੁਤ ਕੰਮ ਕਰਦੇ ਨੇ ਕੀ ਨਾਮ ਹੈ ਆਪਣਾ ਮੇਰਾ ਨਾਮ ਧਰਮਿੰਦਰ ਸਿੰਘ ਗੋਰਖਾ ਹੈ ਜੀ ਧਰਮਿੰਦਰ ਸਿੰਘ ਜੀ ਕੀ ਕੰਮ ਕਰਦੇ ਤੁਸੀਂ ਮੈਂ ਜੀ ਖੇਤੀਬਾੜੀ ਕਰਦਾ ਜੀ ਤੁਸੀਂ ਕਿਹੜੇ ਇਕੱਠ 'ਚ ਆਏ ਅੱਜ ਅਸੀਂ ਐਵੇਂ ਦੀਦਾਰ ਸਿੰਘ ਪੱਟੀ ਦੇ ਜੀ ਇਕੱਠ 'ਚ ਆਏ ਹੋਏ ਤੁਹਾਨੂੰ ਪਤਾ ਦੀਦਾਰ ਸਿੰਘ ਪੱਟੀ ਕਿਹੜੇ ਚੋਣ ਨਿਸ਼ਾਨ ਤੋਂ ਲੜ ਰਹੇ ਕਮਲ ਦੇ ਫੁੱਲ ਤੋਂ ਜੀ ਤੁਸੀਂ ਖੇਤੀਬਾੜੀ ਦਾ ਕਿੱਤਾ ਦੱਸਿਆ ਵੀ ਕਰ ਰਹੇ ਹੋ ਹਾਂਜੀ ਤੁਹਾਨੂੰ ਪਤਾ ਵੀ ਕੁਝ ਦਿਨ ਪਹਿਲਾਂ ਜਿਹੜੇ ਅੰਦੋਲਨ ਕਰ ਰਹੇ ਸੀ ਕਿਸਾਨ ਭਾਜਪਾ ਦੇ ਖਿਲਾਫ ਸੀ ਅੱਜ ਤੁਸੀਂ ਭਾਜਪਾ ਦੇ ਇਕੱਠ 'ਚ ਬੈਠੇ ਹੋ ਕੀ ਕਹਿਣਾ ਚਾਹੋਗੇ ਅਸੀਂ ਜੀ ਜਿਹੜੇ ਖੇਤੀ ਕਾਨੂੰਨ ਬਣਾਏ ਤੇ ਜੀ ਪ੍ਰਧਾਨ ਮੰਤਰੀ ਨੇ ਅਸੀਂ ਉਹਦਾ ਡਟ ਕੇ ਵਿਰੋਧ ਵੀ ਕੀਤਾ ਫਿਰ ਉਹਨਾਂ ਨੇ ਕਾਨੂੰਨ ਵਾਪਸ ਲੈ ਲਏ ਹੁਣ ਸਾਡਾ ਕੋਈ ਗੱਲ ਨਹੀਂ ਜੀ ਨਾਲੇ ਅਸੀਂ ਪੱਟੀ ਸਾਹਿਬ ਨੂੰ ਸਮਰਪਿਤ ਹਾਂ ਜੀ ਪੱਟੀ ਸਾਹਿਬ ਜਿਹੜਾ ਮਰਜ਼ੀ ਚੋਣ ਨਿਸ਼ਾਨ ਲੈ ਕੇ ਆ ਜਾਣ ਸਾਨੂੰ ਚੋਣ ਨਿਸ਼ਾਨ ਦਾ ਕੋਈ ਮਤਲਬ ਨਹੀਂ ਕੀ ਨਾਮ ਆਪਣਾ ਜੀ ਸਰਦਾਰ ਜਗਦੀਪ ਸਿੰਘ ਆ ਜੀ ਜਗਦੀਪ ਸਿੰਘ ਜੀ ਤੁਸੀਂ ਅੱਜ ਤੁਹਾਨੂੰ ਪਤਾ ਕਿਹੜੇ ਇਕੱਠ 'ਚ ਆਏ ਹੋ ਇਹ ਸਰਦਾਰ ਦੀਦਾਰ ਸਿੰਘ ਪੱਟੀ ਦੇ ਇਕੱਠ ਵਿੱਚ ਆਏ ਹਾਂ ਜੀ ਕਿਹੜੇ ਚੋਣ ਨਿਸ਼ਾਨ ਤੋਂ ਪੱਟੀ ਸਾਹਿਬ ਲੜ ਰਹੇ ਆ ਸਾਡਾ ਪੱਟੀ ਸਾਹਿਬ ਵੀ ਚੋਣ ਨਿਸ਼ਾਨ ਨੇ ਪਹਿਲਾਂ ਵੀ ਉਹਨਾਂ ਨਾਲ ਸੀ ਹੁਣ ਵੀ ਉਹਨਾਂ ਦੇ ਨਾਲ ਆ ਨਹੀਂ ਉਹ ਭਾਜਪਾ ਦੇ ਚੋਣ ਨਿਸ਼ਾਨ ਤੋਂ ਲੜ ਰਹੇ ਨੇ ਤੁਹਾਨੂੰ ਪਤਾ ਵੀ ਕਿਸੇ ਵੀ ਚੋਣ ਨਿਸ਼ਾਨ ਤੇ ਲੜਨਾ ਸੀ ਉਹਦੇ ਪੱਟੀਦਾਰ ਸਿੰਘ ਪੱਟੀ ਦੇ ਨਾਲ ਨਾਮ ਹੈ ਬੀਬੀ ਆਪਣਾ ਜੀ ਮੇਰਾ ਨਾਮ ਬੀਜੀ ਕਮਲਜੀਤ ਕੌਰ ਆ ਕਿਹੜਾ ਪਿੰਡ ਹੈ ਜੀ ਭਲਾ ਆਪਣਾ ਇਹ ਜਖਵਾਲੀ ਹੈ ਜੀ ਆਪਣਾ ਅੱਛਾ ਤੁਹਾਨੂੰ ਪਤਾ ਅੱਜ ਤੁਸੀਂ ਕਿਹੜੇ ਇਕੱਠ 'ਚ ਆਏ ਹਾਂਜੀ ਕਿਹੜਾ ਇਕੱਠ ਅਸੀਂ ਦੀਦਾਰ ਸਿੰਘ ਪੱਟੀ ਦੇ ਇਕੱਠ ਵਿੱਚ ਆਏ ਆ ਜੀ ਇਹਨਾਂ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਆ ਤੇ ਨਾਲ ਹੀ ਜੈਬ ਸਿੰਘ ਦੇ ਇਕੱਠ ਵਿੱਚ ਆਏ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦੇ ਜੈਬ ਸਿੰਘ ਪੱਟੀ ਤੇ ਤੁਹਾਨੂੰ ਪਤਾ ਵੀ ਕੁਝ ਦਿਨ ਪਹਿਲਾਂ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਹ ਕਮਲ ਦੇ ਫੁੱਲ ਭਾਜਪਾ ਦੇ ਖਿਲਾਫ ਸੀ ਅੱਜ ਪਿੰਡਾਂ ਵਾਲੇ ਫੇਰ ਭਾਜਪਾ ਵੱਲ ਜੁੜ ਰਹੇ ਨੇ ਕੀ ਕਾਰਨ ਹੈ ਕਾਰਨ ਆਇਆ ਜੀ ਵੀਰ ਜੀ ਦੇਖੋ ਜੀ ਮੈਂ ਤਾਂ ਇੱਕ ਗੱਲ ਕਹੂੰਗੀ ਵੀ ਦਾਸ ਸਿੰਘ ਪੱਟੀ ਜੋ ਕੰਮ ਕਰਦਾ ਬਿਲਕੁਲ ਸਹੀ ਕਰਦਾ ਗਲਤ ਕਦਮ ਨਹੀਂ ਕਦੇ ਵੀ ਚੁੱਕਿਆ ਇਹਨਾਂ ਨੇ ਠੀਕ ਹੈ ਕਿ ਨਹੀਂ ਕਿਉਂਕਿ ਤੁਸੀਂ ਦੀਦਾਰ ਸਿੰਘ ਪੱਟੀ ਹਾਂਜੀ ਅਸੀਂ ਕਮਲ ਦੇ ਫੁੱਲ ਨੂੰ ਹੀ ਵੋਟ ਪਾਵਾਂਗੇ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਪਿੰਡ ਵਾਸੀਆਂ ਵੱਲੋਂ ਦੀਦਾਰ ਸਿੰਘ ਪੱਟੀ ਨੂੰ ਜੀ ਮੈਂ ਪਿੱਛੇ ਕਰ ਰਹਾ ਤੇ ਮੁੜੇ ਲੜ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਪਿੰਡ ਜਖਵਾਲੀ ਵਿਖੇ ਵੱਖ-ਵੱਖ ਪਿੰਡਾਂ ਤੋਂ ਲੋਕ ਇਕੱਠੇ ਹੋਏ ਹਨ ਜਿਨ੍ਹਾਂ ਵੱਲੋਂ ਅੱਜ ਦੀਦਾਰ ਸਿੰਘ ਪੱਟੀ ਨੂੰ ਲੱਡੂਆਂ ਨਾਲ ਤੋਲ ਕੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ
दीदार सिंह पट्टी नू लड्डूआं नाल तोलिया जा रहा है। वीर माड़ा पिछे आ जा, वीर वीर माड़ा पिछे आ जा, दर पिछे आ जा, कर दे कट कट मार दे, थोड़ा हाथ पैर ते लग जा, छड़ दे। बहुत हंगारा मिल रहा, कोई ऐसी गल नहीं, और वो निक्कियां मोटियां गल्लां होंदियां रहिंदियां ने, पर बिल्कुल भी नहीं, पूरा शाह है और लोगों ने बहुत प्यार मिल रहा। ਜਿਹੜੇ ਸਾਥੀ ਜਦੋਂ ਤੁਸੀਂ ਚੋਣ ਮੁਹਿੰਮ ਤੋਂ ਪਹਿਲਾਂ ਤੁਹਾਡੇ ਸਾਥੀ ਛੱਡ ਕੇ ਚਲੇ ਗਏ ਸੀ, ਅੱਜ ਕੋਈ ਸਾਥੀ ਵੀ ਤੁਹਾਡੇ ਸ਼ਾਮਿਲ ਹੋਏ ਨੇ, ਕਿਹੜੇ ਕਿਹੜੇ ਸਾਥੀ ਨੇ ਜਿਹੜੇ? ਨਹੀਂ ਛੱਡ ਕੇ ਕੋਈ ਨਹੀਂ ਗਿਆ, ਛੱਡ ਕੇ ਕੋਈ ਨਹੀਂ ਗਿਆ, ਪਰ ਅੱਜ ਮੈਂ ਆਪਣੇ ਬਹੁਤ ਹੀ ਪਰਮ ਸਤਿਕਾਰਯੋਗ ਮੇਰੇ ਪਿਆਰੇ ਵੀਰ ਸਤਿਕਾਰਯੋਗ ਸਰਦਾਰ ਅਜੈਬ ਸਿੰਘ ਜੀ ਜਖਾਲੀ ਸਾਹਿਬ ਦੇ ਲੀਡਰਸ਼ਿਪ ਦੇ ਥੱਲੇ ਅੱਜ ਮੇਰੇ ਮਦਦ ਵਾਸਤੇ ਕੋਈ 35-40 ਪਿੰਡਾਂ ਦੇ ਜਿਹੜੇ ਜ਼ਿੰਮੇਵਾਰ ਸੱਜਣਾ ਪਾਰਟੀ ਦੇ ਨਾਲ ਸੰਬੰਧਿਤ ਔਰ ਸਮਾਜ ਸੇਵਕ ਔਰ ਜਿਨ੍ਹਾਂ ਦੀ ਇਲਾਕੇ ਦੇ ਵਿੱਚ ਬਹੁਤ ਵੱਡੀ ਛਾਪ ਆ, ਲੋਕਾਂ 'ਚ ਵਿਚਰਦੇ ਆ, ਉਹ ਅੱਜ ਇਹਨਾਂ ਦੀ ਲੀਡਰਸ਼ਿਪ ਦੇ ਥੱਲੇ ਇੱਕ ਭਰੇ ਇਕੱਠ ਦੇ ਵਿੱਚ ਸਾਡੇ 'ਚ ਸ਼ਾਮਿਲ ਹੋ ਕੇ ਸਾਡੀ ਇਸ ਇਲੈਕਸ਼ਨ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਵਾਸਤੇ ਆਏ ਆ। ਮੈਂ ਵਿਸ਼ੇਸ਼ ਤੌਰ 'ਤੇ ਅਜੈਬ ਸਿੰਘ ਜੀ ਜਖਵਾਲੀ ਸਾਹਿਬ ਜਿਹੜੇ ਕਿ ਬਹੁਤ ਹੀ ਮਿਹਨਤੀ ਔਰ ਸੀਨੀਅਰ ਆਗੂ ਆ ਸਾਡੇ, ਉਹਨਾਂ ਦੀ ਔਰ ਸਾਰੇ ਭਾਈਚਾਰੇ ਦੀ ਦਰਜਾ ਬਦਰਜਾ ਸਾਰੇ ਨਗਰ ਤੋਂ ਸਤਿਕਾਰਯੋਗ ਸੱਜਣ ਜਿਹੜੇ ਆਏ ਆ ਉਹਨਾਂ ਦਾ ਮੈਂ ਹਾਰਦਿਕ ਤੌਰ 'ਤੇ ਧੰਨਵਾਦ ਕਰਦਾ, ਨਗਰ ਨਿਵਾਸੀ ਵੀਰ ਜਖਵਾਲੀ ਦੇ ਔਰ ਸਰਦਾਰ ਸੁਰਜੀਤ ਸਿੰਘ ਜੀ ਸ਼ਾਹੀ ਸਾਹਿਬ ਜਿਹੜੇ ਕਿ ਸਾਡੇ ਬਹੁਤ ਹੀ ਪਿਆਰੇ ਭਰਾ ਨੇ, ਸੀਨੀਅਰ ਆਗੂ ਨੇ, ਔਰ ਸਰਦਾਰ ਸਿਕੰਦਰ ਸਿੰਘ ਜੀ ਬਾਲਪੁਰ ਸਰਕਲ ਦੀ ਪਹਿਲਾਂ ਇਹਨਾਂ ਕੋਲ ਜ਼ਿੰਮੇਵਾਰੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ, ਔਰ ਇਹ ਵੀ ਜਿਹੜਾ ਹੈਗਾ ਇਸ ਗੱਲ 'ਚ ਸ਼ਾਮਿਲ ਹੋਏ ਆ। ਸਰ ਨਰਿੰਦਰ ਸਿੰਘ ਜੀ ਖਰੌੜ ਸਾਹਿਬ, ਸ਼੍ਰੀ ਮੋਹਨ ਲਾਲ ਜੀ ਗੋਇਲ ਸਾਹਿਬ, ਔਰ ਸਰ ਬਹਾਦਰ ਸਿੰਘ ਜੀ ਹੱਲੋਤਾਲੀ ਸਰਪੰਚ ਸਾਹਿਬ, ਸਰ ਬਰਿੰਦਰ ਸਿੰਘ ਜੀ ਧੰਦਾ, ਔਰ ਵਿਜੇ ਪਾਠਕ ਜੀ, ਸੰਦੀਪ ਗਾਬਾ ਜੀ, ਸਰਦਾਰ ਗੁਰਬਖਸ਼ ਸਿੰਘ ਜੀ ਬਖਸ਼ੀ ਖਾਨਪੁਰ, ਬਹੁਤ ਸਾਰੇ ਸੱਜਣ ਜਿਹੜੇ ਆ ਅੱਜ ਇਸ ਮੁਹਿੰਮ ਦੇ ਵਿੱਚ ਇਹਨੂੰ ਜਲਗਾਰ ਦੇ ਰੂਪ ਦੇ ਵਿੱਚ ਅੱਜ ਸ਼ੁਰੂਆਤ ਕਰਨ ਵਾਸਤੇ ਹਾਜ਼ਰ ਹੋਏ ਆ। ਮੈਂ ਆਪ ਸਭ ਸੱਜਣਾਂ ਦਾ ਹਾਰਦਿਕ ਤੌਰ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਮੈਂ ਸਮਝਦਾ ਕੋਈ ਕਮੀ ਨਹੀਂ ਰਹੇਗੀ, ਇਹ ਚੋਣ ਅਸੀਂ ਜਿੱਤਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਪਿਛਲੇ 5 ਸਾਲਾਂ ਤੋਂ ਸਰਦਾਰ ਦੀਦਾਰ ਸਿੰਘ ਜੀ ਭੱਟੀ ਸਾਹਿਬ ਨੂੰ ਹਲਕਾ ਫਤਿਹਗੜ੍ਹ ਸਾਹਿਬ ਦਾ ਇੰਚਾਰਜ ਲਾ ਕੇ ਸੇਵਾ ਬਖਸ਼ੀ ਹੋਈ ਸੀ, ਜਿਨ੍ਹਾਂ ਨੇ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਬਾਖੂਬੀ ਸੇਵਾ ਕੀਤੀ, ਬੜੀ ਇਮਾਨਦਾਰੀ ਨਾਲ, ਤਨਦੇਹੀ ਨਾਲ ਵਿਕਾਸ ਦੇ ਕੰਮ ਔਰ ਲੋਕਾਂ ਦੇ ਜੋ ਦੁੱਖ ਸੁੱਖ ਦੇ ਕੰਮ ਨੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਵੱਡੇ ਇਕੱਠ ਕੀਤੇ, ਰੈਲੀਆਂ ਕੀਤੀਆਂ, ਧਰਨੇ, ਜੋ ਵੀ ਪ੍ਰੋਗਰਾਮ 'ਤੇ ਇਹਨਾਂ ਨੇ ਪੂਰੀ ਤਨਦੇਹੀ ਨਾਲ ਨਿਭਾਏ, ਜਿਨ੍ਹਾਂ ਦਾ ਹੱਕ ਬਣਦਾ ਸੀ ਕਿ ਹਲਕਾ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਆ ਜਿਹੜੀ ਉਹ ਸਰਦਾਰ ਦੀਦਾਰ ਸਿੰਘ ਭੱਟੀ ਸਾਹਿਬ ਨੂੰ ਦਿੱਤੀ ਜਾਵੇ, ਉਹ ਹਲਕੇ ਨੂੰ ਨਾ ਦੇਖਦੇ ਹੋਏ ਜਿਹੜੀ ਟਿਕਟ ਹੈ ਉਹ ਸਰਦਾਰ ਜਗਦੀਪ ਸਿੰਘ ਜੀ ਚੀਮਾ ਨੂੰ ਦੇ ਕੇ ਭੱਟੀ ਸਾਹਿਬ ਨਾਲ ਬੇਇਨਸਾਫੀ ਕੀਤੀ ਸੀ। ਸੋ ਭੱਟੀ ਸਾਹਿਬ ਵੀ ਅਤੇ ਇਹਨਾਂ ਦੇ ਜਿੰਨੇ ਸਮਰਥਕ ਤੇ ਸਾਰਿਆਂ ਨੇ ਵੱਡੇ ਉਪਰਾਲੇ ਕੀਤੇ, ਪਰ ਕੋਈ ਗੱਲ ਨਾ ਠੀਕ ਸਮਝਦੇ ਹੋਏ ਜੋ ਫੈਸਲਾ ਤਾ ਉਹ ਫੈਸਲੇ ਦੇ ਖਿਲਾਫ ਸਾਰੇ ਵਰਕਰ ਨੇ ਜਿਹੜੇ ਮਜੂਸ ਹੋ ਕੇ ਘਰਾਂ ਬੈਠੇ ਤੇ। ਸੋ ਹੁਣ ਸਰਦਾਰ ਦੀਦਾਰ ਸਿੰਘ ਜੀ ਭੱਟੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਟਿਕਟ ਮਿਲੀ ਹੈ। ਸੋ ਇਹ ਸਾਡੇ ਨਗਰ ਦੇ ਵਿੱਚ ਆਏ ਨੇ, ਜਿਸ ਤਰ੍ਹਾਂ ਪਹਿਲਾਂ ਸਾਰੇ ਵਰਕਰ ਤੇ ਉਹ ਚੁੱਪ ਬੈਠੇ ਤੇ, ਅੱਜ ਜਿਹੜਾ ਨਗਰ ਜਖਵਾਲੀ 'ਚ ਦਾਸ ਦੇ ਗ੍ਰਹਿ ਵਿਖੇ ਇਲਾਕੇ ਦੇ 30-40 ਪਿੰਡਾਂ ਦੇ ਜੋ ਜ਼ਿੰਮੇਵਾਰ ਸੱਜਣ ਨੇ, ਜਿੱਥੇ ਸਮੂਹ ਨਗਰ ਨਿਵਾਸੀ ਬੀਬੀਆਂ ਭੈਣ ਵੀਰ ਵੱਡੀ ਗਿਣਤੀ 'ਚ ਬੈਠੇ ਨੇ, ਉੱਥੇ ਮੇਰੇ ਨਾਲ ਜਿਹੜੇ ਸਾਡੇ ਸਾਥੀ ਨੇ, ਇਹ ਮੂਲੇਪੁਰ ਸਰਕਲ ਦੇ, ਚਨਾਥਲ ਸਰਕਲ ਦੇ, ਉਰੇ ਨੇੜੇ ਦੇ ਸਰਕਲ ਦੇ ਲਗਭਗ ਜਿਹੜੇ ਮੇਨ ਵਰਕਰ ਨੇ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਐਸੀ ਵਿੰਗ ਦੇ
जरनल दे यूथ अकाली दल दे कोई सर्कल प्रधान कोई अहुदेदार कोई होर ने जिहड़े वो बहुत बड़ी गिणती दे विच अज सरदार दरदार सिंह जी भट्टी नूं असीं पूर्ण हमायत दिंदे आ। आ लै चूरी बन दित्ती है, गर्म गर्म रोटी ते दाल लई बंते नूं दुपहरे घर भेज देवी। ते बेबे मेरी रोटी आ पई है मंजे ते। ठीक है तंतो। हाँ रब सदा सलामत रखे बादल नूं, सस्ता आटा ते दाल दवा के सानू गरीबां नूं दो जून दी रोटी पक्की कर दित्ती। आटा दाल स्कीम नाल असी भुखे नहीं सोए कदे। ऐतकी वोट बादल नूं ही पाउणी है, गलती ना करी इस वार। वोट पानी उन्हां नूं जिहड़े समझण साडे दर्दां नूं।